ਬੇਅੰਤ ਸਿੰਘ ਹੱਤਿਆ ਮਾਮਲੇ ਦੇ ਵਿੱਚ ਸ਼ਾਮਿਲ ਗੁਰਮੀਤ ਸਿੰਘ ਜੋ ਕਿ ਕਰੀਬ 27 ਸਾਲ ਤੋਂ ਬੜੈਲ ਜੇਲ੍ਹ 'ਚ ਬੰਦ ਨੇ, ਅੱਜ ਉਹਨਾਂ ਨੂੰ ਕੰਡੀਸ਼ਨਲ ਬੇਲ ਮਿਲੀ ਹੈ। ਹਾਲਾਂਕਿ 2023 ਦੇ ਵਿੱਚ ਵੀ ਕੰਡੀਸ਼ਨਲ ਬੇਲ ਜਿਹੜੀ ਹੈ ਉਹ ਮਿਲੀ ਸੀ, ਲੇਕਿਨ ਉਹ ਡਿਕਲਾਈਨ ਕਰ ਦਿੱਤੀ ਗਈ ਸੀ, ਲੇਕਿਨ ਇਸ ਵਾਰੀ ਉਹਨਾਂ ਨੂੰ ਕੰਡੀਸ਼ਨਲ ਬੇਲ ਮਿਲੀ ਹੈ। ਹਾਲਾਂਕਿ ਕਿਸ ਤਰ੍ਹਾਂ ਦੀ ਕੰਡੀਸ਼ਨਲ ਬੇਲ ਹੁੰਦੀ ਹੈ, ਕਿਸ ਆਧਾਰ 'ਤੇ ਜਿਹੜੀ ਹੈ ਉਹਨਾਂ ਨੂੰ ਬੇਲ ਮਿਲੀ ਹੈ, ਸਾਡੇ ਨਾਲ ਐਡਵੋਕੇਟ ਦਿਲਸ਼ੇਰ ਸਿੰਘ ਜੰਡਿਆਲ ਜੀ ਨੇ। ਜੰਡਿਆਲ ਜੀ, ਕਿਉਂਕਿ ਪਿਛਲੀ ਵਾਰੀ ਵੀ ਗੁਰਮੀਤ ਸਿੰਘ ਜਿਹੜੀ ਹੈਗੀ ਉਹਨਾਂ ਨੂੰ ਕੰਡੀਸ਼ਨਲ ਬੇਲ ਮਿਲੀ ਸੀ, ਪਹਿਲਾਂ ਤਾਂ ਇਹ ਸਮਝਣਾ ਚਾਹਾਂਗੇ ਗੁਰਮੀਤ ਸਿੰਘ ਦਾ ਇਸ ਪੂਰੇ ਮੈਟਰ ਦੇ ਵਿੱਚ ਰੋਲ ਕੀ ਸੀ ਅਤੇ ਹੁਣ ਦੀ ਜਿਹੜੀ ਕੰਡੀਸ਼ਨਲ ਬੇਲ ਮਿਲੀ ਹੈ ਉਹ ਕਿਸ ਤਰ੍ਹਾਂ ਮਿਲੀ? ਦੇਖੋ ਜੀ, ਗੁਰਮੀਤ ਸਿੰਘ ਐਜ਼ ਪਰ ਪ੍ਰੋਸੀਕਿਊਸ਼ਨ ਸਟੋਰੀ ਬੇਅੰਤ ਸਿੰਘ ਮਰਡਰ ਕੇਸ ਦੇ ਵਿੱਚ ਵਨ ਆਫ ਦੀ ਅਕਿਊਜ਼ਡ ਹੈਗਾ, ਉਹਨਾਂ ਦਾ ਰੋਲ ਜਿਹੜਾ ਕੌਨਸਪਰੇਸੀ 'ਚ ਆਉਂਦਾ ਕਿ ਜਿਹੜੀ ਇਹ ਸਾਜਿਸ਼ ਘੜੀ ਗਈ ਆ ਬੇਅੰਤ ਸਿੰਘ ਨੂੰ ਅਸੈਸੀਨੇਟ ਕਰਨ ਦੀ, ਉਹਦੇ ਵਿੱਚ ਇਹ ਵਨ ਆਫ ਦੀ ਅਕਿਊਜ਼ਡ ਹੈਗੇ ਨੇ। ਮੇਨਲੀ ਇਹ ਐਲੀਗੇਸ਼ਨ ਉਹਨਾਂ 'ਤੇ ਲਾਇਆ ਗਿਆ ਪ੍ਰੋਸੀਕਿਊਸ਼ਨ ਵੱਲੋਂ, ਕਿਉਂਕਿ ਇੰਜੀਨੀਅਰ, ਇਹ ਪ੍ਰੋਫੈਸ਼ਨ ਤੋਂ ਇੰਜੀਨੀਅਰ ਸਨ ਗੁਰਮੀਤ ਸਿੰਘ ਜੀ। ਇੰਜੀਨੀਅਰ ਦੇ ਤੌਰ 'ਤੇ ਇਹਨਾਂ ਨੂੰ ਇਲੈਕਟ੍ਰੋਨਿਕਸ ਦੇ ਇੰਜੀਨੀਅਰ ਹੋਣ ਦੇ ਤੌਰ 'ਤੇ ਇਹਨਾਂ ਨੂੰ ਇਲੈਕਟ੍ਰੋਨਿਕਸ ਦਾ ਵਾਹਵਾ ਜਿਹੜਾ ਗਿਆਨ ਸੀ। ਜਿਹੜੀ ਸੂਸਾਈਡ ਬੋਮ ਬੈਲਟ ਸ਼ਹੀਦ ਭਾਈ ਦਿਲਾਵਰ ਸਿੰਘ ਹੋਣਾ ਨੇ ਯੂਜ਼ ਕੀਤੀ ਹੈ ਅਸੈਸੀਨੇਸ਼ਨ 'ਚ, ਉਸ ਬੈਲਟ ਦਾ ਐਲੀਗੇਸ਼ਨ ਹੈ ਕਿ ਇਹ ਗੁਰਮੀਤ ਸਿੰਘ ਨੇ ਤਿਆਰ ਕੀਤੀ ਸੀ। ਇਸ ਕਰਕੇ ਜਿਹੜਾ ਇਹਨਾਂ ਨੂੰ ਵਨ ਆਫ ਦੀ ਅਕਿਊਜ਼ ਇਹਦੇ 'ਚ ਮੇਨ ਅਕਿਊਜ਼ ਦੇ ਤੌਰ 'ਤੇ ਵੀ ਗਿਣਿਆ ਗਿਆ ਹੈ ਕਿ ਇਹਨਾਂ ਨੇ ਜਿਹੜਾ ਏਡਾ ਵੱਡਾ ਜਿਹੜਾ ਪ੍ਰੋਫੈਸ਼ਨ ਨੂੰ ਮਿਸਯੂਜ਼ ਕੀਤਾ। ਠੀਕ ਹੈ, ਅੱਜ ਹੁਣ ਕੰਡੀਸ਼ਨਲ ਜਿਹੜੀ ਬੇਲ ਦਿੱਤੀ ਗਈ ਹੈ ਉਹਦੇ ਬਾਰੇ? ਦੇਖੋ ਜੀ, ਕੰਡੀਸ਼ਨਲ ਬੇਲ ਨੂੰ ਆਪਾਂ ਨੂੰ ਇੱਦਾਂ ਸਮਝਣਾ ਪਏਗਾ, ਜਦੋਂ ਕੋਰਟਸ ਫੈਸਲਾ ਸੁਣਾ ਦਿੰਦੀਆਂ ਨੇ, ਅਪੀਲਸ ਖਤਮ ਹੋ ਜਾਂਦੀਆਂ ਨੇ, ਉਸ ਤੋਂ ਬਾਅਦ ਇੱਕ ਅਧਿਕਾਰ ਸਰਕਾਰ ਕੋਲ ਰਹਿ ਜਾਂਦਾ ਕਿ ਅਸੀਂ ਜਿਹੜਾ ਕੈਦੀ ਆ ਉਹਨੂੰ ਚੰਗੇ ਆਚਰਣ ਕਰਕੇ ਜਾਂ ਉਹਦੀ ਲੰਬੀ ਕਸਟਡੀ ਕਰਕੇ ਛੱਡਣਾ ਕਿ ਨਹੀਂ ਛੱਡਣਾ। ਮੈਂ ਤੁਹਾਨੂੰ ਇੱਕ ਐਗਜ਼ਾਮਪਲ ਕੋਟ ਕਰਦਾ, ਆ ਪਿਛਲੇ ਮਹੀਨੇ ਦੀ ਇਹ ਨਿਊਜ਼ ਆ ਕਿ ਬਿਹਾਰ ਦੇ ਯੂਪੀ ਦੇ ਗਵਰਨਰ ਸਾਹਿਬ ਨੇ ਇੱਕ ਸਮਾਜਵਾਦੀ ਪਾਰਟੀ ਦੇ ਲੀਡਰ ਨੂੰ ਜਿਹੜਾ ਵਾ ਪ੍ਰੀ ਮਚਿਓਰ ਰਿਲੀਜ਼ ਕਰਤਾ 302 ਦੇ ਮਾਮਲੇ 'ਚ। ਉਹਨਾਂ ਨੂੰ 2019 'ਚ ਸਜ਼ਾ ਹੁੰਦੀ ਆ ਅਤੇ 24 'ਚ ਉਹਨਾਂ ਨੂੰ ਛੱਡ ਦਿੱਤਾ ਜਾਂਦਾ, ਸਿਰਫ ਇਸੇ ਗਰਾਊਂਡ 'ਤੇ ਕਿ ਉਹਨਾਂ ਦੀ ਜਿਹੜੀ ਜੇਲ੍ਹ ਦੇ ਵਿੱਚ ਰਹਿਣਾ ਠੀਕ ਹੈਗਾ, ਉਹ ਬੜਾ ਪੀਸਫੁੱਲੀ ਰਹਿ ਰਹੇ ਨੇ। ਸੋ ਇੱਦਾਂ ਦੀ ਪੈਰਾਗ੍ਰੇਟਿਵ ਜਿਹੜੀ ਸਰਕਾਰ ਕੋਲ ਆ, ਉਹ ਕਦੋਂ ਬੰਦੇ ਨੂੰ ਛੱਡਣਾ ਚਾਹੁੰਦੀ ਹੈ, ਕਦੋਂ ਨਹੀਂ ਛੱਡਣਾ ਚਾਹੁੰਦੀ, ਉਹਨਾਂ ਦੀ ਮਰਜ਼ੀ। ਜਿੱਦਾਂ ਇੱਕ ਹੋਰ ਐਗਜ਼ਾਮਪਲ ਦੇ ਤੌਰ 'ਤੇ, ਇੱਕ ਪਿੰਕੀ ਕੈਟ ਸੀ ਪੰਜਾਬ ਪੁਲਿਸ ਦਾ, ਉਹਨੂੰ ਵੀ ਪ੍ਰੀ ਮਚਿਓਰ ਰਿਲੀਜ਼ 'ਚ ਲੁਧਿਆਣਾ ਮਰਡਰ ਕੇਸ ਦੇ ਵਿੱਚ ਉਹਨੂੰ ਵੀ ਇੱਦਾਂ ਰਿਲੀਜ਼ ਕਰਤਾ ਸੀ। ਸੈਂਕੜੇ ਇੱਦਾਂ ਫੇਕ ਇਨਕਾਊਂਟਰ ਵਾਲੇ ਪੁਲਿਸ ਆਫਿਸਰਸ ਨੂੰ ਜਿਹੜਾ ਸਾਲਾਂ ਬੱਧੀ ਜਿਹੜਾ ਰਿਲੀਜ਼ ਕੀਤਾ ਗਿਆ, ਬਟ ਅਨਫੋਰਚੁਨੇਟਲੀ ਇਹ ਪੈਰਾਮੀਟਰ ਜਿਹੜਾ ਵਾ ਇਕੁਐਲਿਟੀ ਦੇ ਤੌਰ 'ਤੇ ਨਹੀਂ ਵਰਤਿਆ ਜਾਂਦਾ ਜਾਂ ਸਿਮਿਲੈਰਿਟੀ ਦੇ ਤੌਰ 'ਤੇ ਨਹੀਂ ਵਰਤਿਆ ਜਾਂਦਾ, ਇਹਨੂੰ ਡਿਫਰੈਂਟ ਤਰੀਕੇ ਨਾਲ ਵਰਤਿਆ ਜਾਂਦਾ ਜਿੱਥੇ ਸਰਕਾਰ ਨੂੰ ਸੂਟ ਕਰਦਾ। ਹੁਣ ਭਾਈ ਗੁਰਮੀਤ ਸਿੰਘ ਦੀ ਗੱਲ ਕਰੀਏ, ਇਹਨਾਂ ਦਾ 3-4 ਦਫਾ ਜਿਹੜਾ ਪ੍ਰੀ ਮਚਿਓਰ ਰਿਲੀਜ਼ ਡਿਕਲਾਈਨ ਹੋਇਆ। ਇਹ ਫੋਰਚੁਨੇਟਲੀ ਕਿ ਇੱਕ ਜਸਟਿਸ ਅਰਵਿੰਦ ਸਾਗਵਾਨ ਦੀ ਜਜਮੈਂਟ ਆ ਕਿ ਜਿਨ੍ਹਾਂ ਦਾ ਕੇਸ ਪ੍ਰੀ ਮਚਿਓਰ ਕੇਸ ਕਿਸੇ ਸਰਕਾਰ ਕੋਲ ਪੈਂਡਿੰਗ ਆ, ਭਾਵੇਂ ਸੈਂਟਰ ਆ, ਸਟੇਟ ਆ, ਯੂਟੀ ਆ, ਜੇ ਉਹ 3 ਮਹੀਨੇ 'ਚ ਡਿਸਾਈਡ ਨਹੀਂ ਕਰਦੇ ਉਹਨਾਂ ਨੂੰ ਕੰਡੀਸ਼ਨਲ ਬੇਲ ਦੇ ਦਿਓ। ਕੰਡੀਸ਼ਨਲ ਬੇਲ ਟਿਲ ਦੈਨ, ਜਿਨ੍ਹਾਂ ਤੱਕ ਉਹ ਡਿਸਾਈਡ ਨਹੀਂ ਹੁੰਦਾ। ਜੇ ਉਹਦੇ ਫੇਵਰ 'ਚ ਡਿਸਾਈਡ ਹੋ ਜਾਂਦਾ ਕਿ ਇਹਨਾਂ ਨੂੰ ਪ੍ਰੀ ਮਚਿਓਰ ਗ੍ਰਾਂਟ ਕਰਦੇ ਹਾਂ, ਫਿਰ ਤਾਂ ਉਹ ਬੰਦਾ ਆਟੋਮੈਟਿਕ ਬਾਹਰ ਹੈਗਾ, ਅਤੇ ਜੇ ਡਿਕਲਾਈਨ ਹੋ ਜਾਂਦਾ ਉਹਨੂੰ ਸਰੈਂਡਰ ਕਰਨਾ ਪਏਗਾ। 2023 ਦੇ ਵਿੱਚ ਕੀ ਪ੍ਰੋਬਲਮ ਆਈ? 2023 ਦੇ ਵਿੱਚ ਜਦੋਂ ਉਹਨਾਂ ਨੂੰ ਇਹ ਪ੍ਰੀ ਮਚਿਓਰ ਐਪਲੀਕੇਸ਼ਨ ਉਹਨਾਂ ਨੇ ਭੇਜੀ ਵਾਇਆ ਸੁਪਰਡੈਂਟ ਜੇਲ੍ਹ ਸਰਕਾਰ ਕੋਲ ਗਈ, ਅਤੇ ਉਹ 3 ਮਹੀਨੇ ਤੋਂ ਬਾਅਦ ਪੈਂਡੈਂਸੀ ਹੋ ਗਈ ਸੀ। ਇਹਦੇ 'ਚ ਰਿਪੋਰਟਸ ਆਉਂਦੀਆਂ ਨੇ, ਇੱਕ ਡਿਸਟ੍ਰਿਕਟ ਜੱਜ ਚੰਡੀਗੜ੍ਹ ਦੀ ਆਉਣੀ ਸੀ, ਇੱਕ DM ਪਟਿਆਲਾ ਦੀ ਆਉਣੀ ਸੀ ਜਿੱਥੇ ਉਹਨਾਂ ਨੇ ਛੁੱਟੀ ਕੱਟਣੀ ਆ ਜਾਂ ਰਹਿਣਾ, ਜਿੱਥੇ ਉਹਦੇ ਰਿਹਾਇਸ਼ ਕਰਨੀ ਆ। DM ਪਟਿਆਲਾ ਦੀ ਰਿਪੋਰਟ ਪੋਜ਼ਿਟਿਵ ਆ ਗਈ ਸੀ।
SSP ਪਟਿਆਲਾ ਦੀ ਰਿਪੋਰਟ ਦੇ ਵਿੱਚ ਕੋਈ ਨੈਗੇਟਿਵ ਗੱਲ ਆਈ, ਸਟੀਰੀਓਟਾਈਪ ਉਹਨਾਂ ਨੇ ਜਿਹੜਾ ਆਪਣਾ ਰਿਪਲਾਈ ਦੇ ਦਿੱਤਾ, ਜਿਹਦੇ ਕਰਕੇ ਡਿਕਲਾਈਨ ਹੋਈ। ਲੇਟਰ ਔਨ ਇਹ ਪਤਾ ਲੱਗਾ ਕਿ ਜਿਹੜੇ ਡਿਸਟ੍ਰਿਕਟ ਜੱਜ ਸਾਹਿਬ ਸੀ ਉਹਨਾਂ ਦੀ ਰਿਪੋਰਟ ਵੀ ਡਿਕਲਾਈਨ ਉਹਨਾਂ ਨੇ ਕਰਤੀ ਔਨ ਦੀ ਗਰਾਊਂਡ ਕਿ ਇਹ ਜਿਹੜੇ ਬੰਦੇ ਨੇ ਈਵਲ ਮਾਈਂਡ ਦੇ ਨੇ, ਇਹ ਦੁਬਾਰਾ ਇੱਦਾਂ ਦੀ ਘਟਨਾ ਕਰ ਸਕਦੇ ਆ। ਹਾਲਾਂਕਿ ਇਹ ਇੱਕ ਜੱਜ ਨਹੀਂ ਡਿਸਾਈਡ ਕਰ ਸਕਦਾ, ਯਾਨੀ ਕਿ 2023 'ਚ ਇਹੀ ਸਾਰੀ ਜਿਹੜਾ ਗਰਾਊਂਡ ਬਣਾਇਆ ਗਿਆ ਜੀ, ਹੁਣ ਪੈਂਡਿੰਗ ਹੈਗੀ ਆ। ਹੁਣ ਅਸੀਂ ਇਹ ਜਿਹੜਾ ਕੌਮੀ ਇਨਸਾਫ਼ ਮੋਰਚਾ ਹੈ ਜਾਂ ਕੌਮੀ ਇਨਸਾਫ਼ ਮੋਰਚੇ ਦੀ ਟੀਮ ਆ, ਪਿੱਛੇ ਅੱਜ ਜਿਹੜਾ ਪਰਸੋਂ ਮੀਟਿੰਗ ਹੋਈ ਹੈ ਗਵਰਨਰ ਸਾਹਿਬ ਨਾਲ, ਇਹ ਸਾਰਾ ਬੈਕਗਰਾਊਂਡ ਦੱਸਿਆ ਕਿ ਸਾਡੇ ਨਾਲ ਜਿਹੜੀ ਆ ਡਿਸਕ੍ਰਿਮੀਨੇਸ਼ਨ ਹੋ ਰਹੀ ਆ। ਇੱਕ ਕੇਸ ਆ ਜਿਹਦੇ 'ਚ ਤੁਸੀਂ 4 ਸਾਲ ਬੰਦਾ ਜੇਲ੍ਹ ਕਟਾ ਕੇ ਉਹਨੂੰ ਛੱਡ ਦਿੰਦੇ ਆ, ਇੱਕ ਕੇਸ ਹੈਗਾ ਜਿੱਥੇ 27-27 ਸਾਲ ਤੋਂ ਬੰਦੇ। ਪਰਸੋਂ ਜਿਹੜੀ ਮੀਟਿੰਗ ਹੋਈ ਹੈ ਉਹ ਕਾਫੀ ਪੋਜ਼ਿਟਿਵ ਹੋਈ ਹੈ, ਜਿਸ ਦਾ ਰਿਜ਼ਲਟ ਜਿਹੜਾ ਹੈ ਮਿਲਿਆ। ਇਹ ਗਵਰਨਰ ਸਾਹਿਬ ਨੇ ਆਸ਼ਵਾਸਨ ਦਿੱਤਾ ਕਿ ਜਿਹੜੇ ਜਿਨ੍ਹਾਂ ਦੇ ਫਿਟੈਸਟ ਕੇਸ ਆ ਪ੍ਰੀ ਮਚਿਓਰਲੀ ਉਹਨਾਂ ਨੂੰ ਜਿਹੜਾ ਗਵਰਨਮੈਂਟ ਆਫ ਇੰਡੀਆ ਕੋਲ ਪੋਜ਼ਿਟਿਵਲੀ ਰਿਕਮੈਂਡ ਕੀਤਾ ਜਾਏਗਾ। ਸਾਨੂੰ ਇਹ ਆਸ ਹੈਗੀ ਹੈ ਕਿ ਘੱਟ ਤੋਂ ਘੱਟ ਜਿਹੜੇ ਭਾਈ ਗੁਰਮੀਤ ਸਿੰਘ, ਸ਼ਮਸ਼ੇਰ ਸਿੰਘ ਅਤੇ ਲਖਵਿੰਦਰ ਸਿੰਘ ਲੱਖਾ, ਇਹਨਾਂ ਦੇ ਕੇਸ ਜਿਹੜੇ ਪ੍ਰੀ ਮਚਿਓਰਲੀ ਡੈਫੀਨੇਟਲੀ ਜਿਹੜਾ ਇਹਨਾਂ ਨੂੰ ਗ੍ਰਾਂਟ ਕੀਤੀ ਜਾਣੀ ਚਾਹੀਦੀ ਹੈ। ਇੱਥੇ ਬੜੈਲ ਜੇਲ੍ਹ 'ਚ ਨੇ ਸਾਰੇ, ਇਹ ਸਾਰੇ ਬੜੈਲ ਜੇਲ੍ਹ 'ਚ। ਗੁਰਮੀਤ ਸਿੰਘ ਜੀ ਨੇ, ਸ਼ਮਸ਼ੇਰ ਸਿੰਘ ਜੀ ਤੀਜੇ, ਸ਼ਮਸ਼ੇਰ ਸਿੰਘ ਬਾਹਰ ਨੇ ਜੀ, ਲਖਵਿੰਦਰ ਸਿੰਘ ਬਾਹਰ ਨੇ, ਠੀਕ ਹੈ। ਉਹਨਾਂ ਦੀ ਜਿਹੜੀ ਪੈਂਡਿੰਗ ਹੈਗੀ ਹੈ ਸਰਕਾਰ ਕੋਲ, ਅਸੀਂ ਇਹ ਉਮੀਦ ਕਰਦੇ ਹਾਂ ਸਰਕਾਰ ਤੋਂ ਇਹ ਜਿਹੜਾ ਇੰਸ਼ੋਰੈਂਸ ਇਹਨਾਂ ਨੂੰ ਜਿਹੜਾ ਗਵਰਨਮੈਂਟ ਆਫ ਇੰਡੀਆ ਰਿਕਮੈਂਡ ਕਰਦੇ ਕਿ ਇਹ ਪ੍ਰੀ ਮਚਿਓਰ ਕਰ ਰਹੇ, ਠੀਕ ਹੈ। ਅੱਜ ਆਣਗੇ ਬਾਹਰ, ਅੱਜ 6:30-6 ਵਜੇ ਉਹਨਾਂ ਨੂੰ ਜਿਹੜਾ ਰਿਲੀਜ਼ ਆਰਡਰ ਆ ਜਾਏਗਾ, ਰਿਲੀਜ਼ ਆਰਡਰ ਆ ਜਾਏਗਾ ਜੀ, ਠੀਕ ਹੈ। ਤਾਂ ਬਿਲਕੁਲ ਜਿੱਦਾਂ ਐਡਵੋਕੇਟ ਨੇ ਪੂਰੀ ਜਿਹੜੀ ਹੈਗੀ ਉਹ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਇਹ ਪਹਿਲਾਂ ਵੀ ਡਿਕਲਾਈਨ ਹੋਇਆ ਸੀ, ਕਈ ਵਾਰੀ ਇਹਨਾਂ ਨੇ ਜਿਹੜੀ ਹੈ ਕੰਡੀਸ਼ਨਲ ਬੇਲ ਲੈਣ ਦੀ ਕੋਸ਼ਿਸ਼ ਕੀਤੀ, ਲੇਕਿਨ ਕਈ ਗਰਾਊਂਡਸ 'ਤੇ ਜਿਹੜੀ ਹੈ ਉਹਨਾਂ ਨੇ ਡਿਕਲਾਈਨ ਕੀਤਾ। ਲੇਕਿਨ ਇਸ ਵਾਰ ਗਵਰਨਰ ਪੰਜਾਬ ਨੂੰ ਮਿਲੇ ਸੀ ਜਿਹੜੇ ਨਵੇਂ ਆਏ ਨੇ ਗੁਲਾਬ ਚੰਦ ਕਟਾਰੀਆ, ਉਹਨਾਂ ਨੂੰ ਸਾਰੀ ਚੀਜ਼ਾਂ ਦਾ ਜਿਹੜਾ ਹੈਗਾ ਉਹਦੇ ਬਾਰੇ ਦੱਸਿਆ ਗਿਆ। ਕਿਸੇ ਨੂੰ 27 ਸਾਲ ਹੋ ਗਏ, ਕਾਫੀ ਲੰਬਾ ਲੰਬਾ ਸਮਾਂ ਹੋ ਚੁੱਕਿਆ, ਲੇਕਿਨ ਹੁਣ ਉਹਨਾਂ ਨੂੰ ਬੇਲ ਜਿਹੜੀ ਹੈ ਕੰਡੀਸ਼ਨਲ ਬੇਲ ਦਿੱਤੀ ਜਾਵੇ। ਔਰ ਅੱਜ ਜਿਹੜਾ ਇੰਜੀਨੀਅਰ ਗੁਰਮੀਤ ਸਿੰਘ ਹੈ ਉਹ ਹੁਣ ਕੰਡੀਸ਼ਨਲ ਬੇਲ 'ਤੇ ਬੜੈਲ ਜੇਲ੍ਹ ਤੋਂ ਬਾਹਰ ਆਉਣ। ਚੰਡੀਗੜ੍ਹ ਤੋਂ ਕੈਮਰਾਮੈਨ ਅਜੇ ਕੁਮਾਰ ਨਾਲ ਮਨੋਜ ਰਾਠੀ ਨੇ ਜਟੀਨ ਪੰਜਾਬ।